ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਨਮਸਕਾਰ ਦੋਸਤੋ, ਮੈਂ ਅਮਰਜੀਤ, ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਸ ਸੇ ਲਗਾਤਾਰ ਕੋਸ਼ਿਸ਼ ਇਸ ਚੈਨਲ ਕੇ ਜ਼ਰੀਏ ਆਸਟ੍ਰੇਲੀਆ ਸਟੱਡੀ ਵੀਜ਼ਾ ਕੋ ਲੇ ਕੇ ਹਰ ਲੇਟੈਸਟ ਇੰਪੋਰਟੈਂਟ ਅਪਡੇਟ ਆਪਸੇ ਸ਼ੇਅਰ ਕਰਤੇ ਰਹੇ। ਤੋ ਆਸਟ੍ਰੇਲੀਆ ਕੇ ਅੰਦਰ ਨਈ ਪਾਲਿਸੀਜ਼ ਇੰਪਲੀਮੈਂਟ ਹੋਣਾ ਸ਼ੁਰੂ ਹੋ ਚੁੱਕੀ ਹੈ। ਜੈਸਾ ਮੈਨੇ ਪਹਿਲੇ ਵੀ ਬਤਾਇਆ ਥਾ ਕਿ ਜੀ ਟੀ ਹਟਕਰ ਅਬ GST ਆਏਗਾ। GST ਆਏਗਾ, ਵੀਜ਼ਾ ਇੰਟਰਵਿਊਜ਼ ਤੋ ਆਪਕੋ ਆਏਂਗੇ ਐਮਬੈਸੀ ਸੇ, ਲੇਕਿਨ ਸਭਸੇ ਜੋ ਅੱਛੀ ਖਬਰ ਹੋਗੀ ਦੋਸਤੋ ਕਿ ਬਹੁਤ ਸਾਰਾ ਵੀਜ਼ਾ ਆਏਗਾ ਆਸਟ੍ਰੇਲੀਆ ਮੇਂ। ਬਹੁਤ ਸਾਰੇ ਬੱਚੇ ਆਸਟ੍ਰੇਲੀਆ ਮੇਂ ਰੁਕੇ ਰਹਿਤੇ ਥੇ, ਬਹੁਤ ਸਾਰੇ ਬੱਚੇ ਅੱਛਾ ਪ੍ਰੋਫਾਈਲ ਹੋਣੇ ਕੇ ਬਾਵਜੂਦ ਆਸਟ੍ਰੇਲੀਆ ਮੇਂ ਰਿਜੈਕਟ ਹੋਤੇ ਥੇ। ਔਰ ਉਨਕੋ ਪਤਾ ਵੀ ਨਹੀਂ ਹੋਤਾ ਥਾ ਕਿ ਬਈ ਵੋ ਰਿਜੈਕਟ ਕਿਉਂ ਹੋ ਰਹੇ ਹੈਂ। ਯੇ ਸਭਸੇ ਬੜੀ ਮੁਸ਼ਕਿਲ ਥੀ ਆਸਟ੍ਰੇਲੀਆ ਕੇ ਅੰਦਰ। ਬਹੁਤ ਸਾਰੇ ਬੱਚੇ 7 ਬੈਂਡ ਹੈ, 6.5 ਬੈਂਡ ਹੈ, ਆਸਟ੍ਰੇਲੀਆ ਨੇ ਰਿਜੈਕਟ ਕਰ ਦਿਆ, ਵੀ ਆਰ ਨਾਟ ਸੈਟਿਸਫਾਈਡ ਵਿਦ ਯੋਰ GT। ਅਬ ਯੇ ਚੀਜ਼ ਕਾ ਰਿਫਿਊਜ਼ਲ ਨਹੀਂ ਆਏਗਾ, ਕਿਉਂਕਿ ਅਬ GST ਪੇ ਬਾਤ ਹੋਗੀ, ਅਬ ਆਪਕੀ ਇੰਟਰਵਿਊ ਪੇ ਬਾਤ ਹੋਗੀ। ਸੋ ਅਗਰ ਆਪ ਆਪਣੇ ਆਪ ਕੋ ਅੱਛੇ ਸੇ ਸਟਰੋਂਗਲੀ ਪ੍ਰੈਜ਼ੈਂਟ ਕਰ ਪਾਓਗੇ ਤੋ ਆਪ ਵੀਜ਼ਾ ਹੀ ਲੋਗੇ। ਔਰ ਮੋਸਟਲੀ ਜੋ ਬੱਚਾ ਆਸਟ੍ਰੇਲੀਆ ਅਪਲਾਈ ਕਰ ਰਿਹਾ ਹੈ ਵੋ ਕਹੀਂ ਪਰ ਵੀ ਕਮ ਨਹੀਂ ਹੋਤਾ, ਨਾ ਵੋ ਆਪਣੀ ਐਜੂਕੇਸ਼ਨ ਅਕੈਡਮਿਕ ਪਰਸੈਂਟੇਜ ਮੇਂ ਕਮ ਹੋਤਾ ਹੈ, ਕਿਉਂਕਿ ਯੂਨੀਵਰਸਿਟੀਜ਼ ਲੇਤੀ ਹੀ ਸਿਰਫ ਅੱਛੇ ਪ੍ਰੋਫਾਈਲਸ ਹੈਂ, ਨਾ ਵੋ ਆਇਲਸ ਔਰ PT ਸਕੋਰ ਮੇਂ ਕਮ ਹੋਤਾ ਹੈ, ਮਤਲਬ ਉਸਕੀ ਇੰਗਲਿਸ਼ ਮੇਂ ਵੀ ਕੋਈ ਵੀਕਨੈਸ ਨਹੀਂ ਹੋਤੀ ਹੈ, ਲੇਕਿਨ ਵੋ ਕਹੀਂ ਨਾ ਕਹੀਂ ਇੱਕ ਐਸਾ ਧੋਖਾ ਖਾ ਜਾਤਾ ਥਾ ਜਿਸਕੇ ਬਾਰੇ ਮੇਂ ਕੋਈ ਵੀ ਉਸਕੋ ਕੋਈ ਡਿਟੇਲ ਨਹੀਂ ਬਤਾ ਪਾਤਾ ਥਾ, ਹਮ ਵੀ ਨਹੀਂ ਬਤਾ ਪਾਤੇ ਥੇ, ਜਬ ਵੀਜ਼ਾ ਆਫਿਸਰ ਸਿਰਫ ਇਤਨਾ ਲਿਖ ਕੇ ਭੇਜ ਦੇਤਾ ਥਾ ਕਿ ਮੈਂ GT ਸੇ ਸੈਟਿਸਫਾਈਡ ਨਹੀਂ। ਅਬ GT ਕੇ ਬਈ ਤੁਮ ਕੌਨ ਸੇ ਪਾਰਟ ਸੇ ਸੈਟਿਸਫਾਈਡ ਨਹੀਂ ਹੋ, ਯੇ ਨਹੀਂ ਵੋ ਬਤਾਤੇ ਕਭੀ ਵੀ, ਨਾ ਵੋ ਬਤਾਤੇ ਕਿ ਤੁਮਾਰੇ ਫੰਡਸ ਵੀਕ ਹੈ, ਨਾ ਬਤਾਤੇ ਇਨਕਮ ਵੀਕ ਹੈ, ਨਾ ਬਤਾਤੇ ਤੁਹਾਰਾ ਕੋਰਸ ਸਿਲੈਕਸ਼ਨ ਗਲਤ ਹੈ, ਨਾ ਤੁਹਾਰਾ ਫਿਊਚਰ ਗੋਲਸ, ਕੁਛ ਵੀ ਕਲੈਰਿਟੀ ਨਹੀਂ ਹੈ, ਸਿਰਫ ਇਤਨਾ ਹੀ ਲਿਖ ਦੇਣਾ ਕਿ ਮੈਂ GT ਸੇ ਸੈਟਿਸਫਾਈਡ ਨਹੀਂ ਹੋ। ਅਬ ਯੇ ਰਿਫਿਊਜ਼ਲ ਹਟਨੇ ਕੇ ਬਾਅਦ ਔਰ ਵੀਜ਼ਾ ਆਫਿਸਰ ਕਾ ਪ੍ਰੋਪਰ ਡਿਟੇਲ ਇੰਟਰਵਿਊ ਹੋਣੇ ਕੇ ਬਾਅਦ ਡੈਫੀਨੇਟਲੀ ਆਸਟ੍ਰੇਲੀਆ ਕੇ ਅੰਦਰ ਬਹੁਤ ਸਾਰੇ ਵੀਜ਼ਾਸ ਦਿਖੇਗੇ। ਸੋ ਜੋ ਬੱਚੇ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹਤੇ ਹੈ, ਦੇ ਸ਼ੁੱਡ ਨਾਟ ਮਿਸ ਦਾ ਅਪਰਚੁਨਿਟੀ। ਬੇਫਿਕਰ, ਨਿਸ਼ਚਿੰਤ ਹੋ ਕਰ ਆਸਟ੍ਰੇਲੀਆ ਅਪਲਾਈ ਕਰੋ। ਜੈਨੂਅਨ ਸਟੂਡੈਂਟ ਕੇ ਲੀਏ ਆਸਟ੍ਰੇਲੀਆ ਨੇ ਕਹੋ, ਅਗਰ ਸਿੱਧੀ ਭਾਸ਼ਾ ਮੇਂ ਕਾਨੂੰਨ ਕੋ ਸਮਝੋਗੇ ਤੋ ਪੂਰੀ ਤਰ੍ਹਾਂ ਸੇ ਉਨ੍ਹੋਂਨੇ ਆਪਣੇ ਰਸਤੇ ਖੋਲ ਦੀਏ। ਇੰਟਰਵਿਊ ਕੋ ਰੱਖਣੇ ਕਾ ਮਕਸਦ ਸਿਰਫ ਇਤਨਾ ਹੈ ਕਿ ਵੋ ਸਹੀ ਸਟੂਡੈਂਟ ਕੀ ਪਹਿਚਾਨ ਕਰਨਾ ਚਾਹਤੇ ਹੈਂ, ਗਲਤ ਸਟੂਡੈਂਟ ਕੋ ਵੀਜ਼ਾ ਨਹੀਂ ਦੇਣਾ ਚਾਹਤੇ ਹੈਂ। ਸੋ ਅਪਲਾਈ ਕਰੋ, ਬਿਲਕੁਲ ਘਬਰਾਨੇ ਕੀ ਜ਼ਰੂਰਤ ਨਹੀਂ ਹੈ, ਵੀਜ਼ਾ ਹੀ ਵੀਜ਼ਾ ਆਏਂਗੇ ਨਵੰਬਰ ਔਰ ਜਨਵਰੀ ਇਨਟੇਕਸ ਮੇਂ ਆਨੇ ਵਾਲੇ ਦਿਨੋਂ ਮੇਂ। ਔਰ ਬ੍ਰੌਡਵੇ ਸੇ ਅਪਲਾਈ ਕਰਤੇ ਹੋ ਤੋ ਸਭਸੇ ਬੜਾ ਬੈਨੀਫਿਟ ਹੈ ਆਪਣੇ ਪੈਸੇ ਦੇਣੇ ਹੈ ਵੀਜ਼ਾ ਲੱਗਣੇ ਕੇ ਬਾਅਦ, ਮਤਲਬ ਪੂਰਾ ਕੇਸ ਹੋਣੇ ਕੇ ਬਾਅਦ। ਸੋ ਬਹੁਤ ਸਾਰੇ ਬੱਚੇ ਕਨਫਿਊਜ਼ ਰਹਿਤੇ ਹੈ ਕਿ ਹਮ ਬ੍ਰੌਡਵੇ ਸੇ ਕੰਟੈਕਟ ਕੈਸੇ ਕਰੇਂ। ਤੋ ਦੋਸਤੋ, ਹਮਾਰੇ ਆਫਿਸਿਸ ਪੂਰੇ ਨੌਰਥ ਇੰਡੀਆ ਮੇਂ ਹੈ, ਹਮ ਜੰਮੂ ਮੇਂ, ਗੁਜਰਾਤ ਮੇਂ, ਨਿਊ ਡੈਲੀ ਮੇਂ, ਹਰਿਆਣਾ ਮੇਂ, ਪੰਜਾਬ ਮੇਂ, ਕਈ ਸ਼ਹਿਰੋਂ ਮੇਂ ਹਮਾਰੇ ਆਫਿਸਿਸ ਹੈ। ਫਿਰ ਵੀ ਆਪ ਦੂਰ ਸੇ ਹੋ ਤੋ ਆਪ ਬ੍ਰੌਡਵੇ ਕੇ ਸਾਥ ਔਨਲਾਈਨ ਵੀ ਅਪਲਾਈ ਕਰ ਸਕਤੇ ਹੋ, ਹਮਾਰੀ ਵੈਬਸਾਈਟ broadwaystudy.com ਕੇ ਜ਼ਰੀਏ। ਔਰ ਸਭਸੇ ਬੜਾ ਬੈਨੀਫਿਟ ਬ੍ਰੌਡਵੇ ਕੇ ਸਾਥ ਹੋਤਾ ਹੀ ਹੈ ਕੈਨੇਡਾ, ਆਸਟ੍ਰੇਲੀਆ, UK ਕੋ ਲੈ ਕੇ ਕਿ ਹਮ ਪੈਸੇ ਲੇਤੇ ਹੈ ਵੀਜ਼ਾ ਲੱਗਣੇ ਕੇ ਬਾਅਦ। ਸੋ ਨਿਸ਼ਚਿੰਤ ਹੋ ਕਰ ਅਪਲਾਈ ਕਰੋ, ਲੇਕਿਨ ਉਸੇ ਵੀ ਜ਼ਿਆਦਾ ਜ਼ਰੂਰੀ ਹੈ ਅਪਲਾਈ ਚਾਹੇ ਆਪ ਕਹੀਂ ਸੇ ਵੀ ਕਰੋ, ਇਸ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ, ਕਿਉਂਕਿ ਇਸ ਚੈਨਲ ਕਾ ਮਕਸਦ ਹੈ ਆਪਕੋ ਰੋਜ਼ ਲੇਟੈਸਟ ਇੰਪੋਰਟੈਂਟ ਅਪਡੇਟ ਕੇ ਸਾਥ ਜੋੜ ਕੇ ਰੱਖਣਾ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।